ਕਿਉਂਕਿ ਫਿਰ ਉਹ ਕਰਨਾ ਸੀ ਭਗਵੰਤ ਮਾਨ ਦੇ ਘਰ ਦਾ, ਕਰਨ ਨਹੀਂ ਦਿੱਤਾ ਜੀ। ਹਾਂਜੀ, ਅਸੀਂ ਸਰਕਾਰ ਦੇ ਵਿਰੁੱਧ ਉਰੇ ਹੀ ਧਰਨਾ ਲਾ ਦਿੱਤਾ ਜੀ। ਠੀਕ ਹੈ ਜੀ। ਹਾਂਜੀ, ਕੀ ਕਰਨ ਜਾ ਰਹੇ ਸੀ ਤੁਸੀਂ? ਭਾਨੇ ਨੂੰ ਰਿਹਾਈ ਕਰਾਉਣ ਵਾਸਤੇ ਜਾ ਰਹੇ ਸੀ। ਕਿੱਥੇ? ਸੰਗਰੂਰ ਜੀ। ਜਿਹੜਾ ਭਾਨਾ ਸਿੱਧੂ ਹੈ ਬਾਈ, ਉਹਨੂੰ ਗ੍ਰਿਫਤਾਰ ਕਰਕੇ ਉਹਦੇ ਝੂਠੇ ਕੇਸ ਪਾਏ ਗਏ ਨੇ, ਉਹਨੂੰ ਰਿਹਾ ਕਰਨ ਵਾਸਤੇ ਅਸੀਂ ਇੱਥੇ ਸਾਰੇ ਜਿਹੜੇ ਸੰਗਰੂਰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉੱਥੇ ਜਾ ਰਹੀ ਸੀਗੇ, ਰਸਤੇ ਵਿੱਚ ਹੀ ਸਾਨੂੰ ਰੋਕ ਕੇ ਜਿਹੜਾ ਪੁੱਠਾ ਮੋੜ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਵੀ ਰਾਇ ਕੀਤੀ ਵੀ ਜਿਹੜਾ ਇਹ ਪਟਿਆਲਾ ਰੋਡ ਹੈ ਅਸੀਂ ਹੁਣ ਜਾਮ ਕਰਾਂਗੇ, ਸ਼ਾਂਤਮਈ ਢੰਗ ਦੇ ਨਾਲ ਇੱਥੇ ਅਸੀਂ ਸਾਰੇ ਬੈਠੇ ਹਾਂ। ਠੀਕ ਹੈ ਜੀ, ਅਸੀਂ ਟੱਪਗੀ ਦੀ ਨਾਕਾ ਨਾ ਇਹੋ ਜੀ, ਜਿਹੜਾ ਅਸੀਂ ਟੱਪਗੀ ਦੀ ਸਾਨੂੰ ਅੱਗੇ ਪੁਲਿਸ ਨੇ ਰੋਕਿਆ, ਸਾਨੂੰ ਆਖਿਆ ਤੁਸੀਂ ਵਾਪਸ ਰਹੋ, ਅਸੀਂ ਵਾਪਸ ਨਹੀਂ ਗਏ ਹੈਗੇ। ਉਸ ਤੋਂ ਬਾਅਦ ਸਾਨੂੰ ਕਿਹਾ ਵੀ ਤੁਹਾਨੂੰ ਗ੍ਰਿਫਤਾਰ ਕਰਨਾ, ਤੁਹਾਡੇ ਪਰਚੇ ਪਾ ਦਾਂਗੇ ਸਾਡੇ ਜੋ, ਅਸੀਂ ਸਾਡੇ ਤਿੰਨ ਚਾਰ ਬੰਦੇ ਸਾਨੂੰ ਗ੍ਰਿਫਤਾਰ ਕਰਕੇ ਵੀ ਸਾਨੂੰ ਲੈ ਕੇ ਸਾਨੂੰ ਗੱਡੀ 'ਚ ਬਿਠਾ ਕੇ ਲੈ ਗਈ ਦੀ ਬੱਸ 'ਚ, ਉਹ ਬਾਈ ਪਿੱਛੋਂ ਆ ਕੇ ਨੇ ਸਾਨੂੰ ਤਾਰੇ ਬਸ 'ਚ ਸਾਨੂੰ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਪ੍ਰਦਰਸ਼ਨ ਕਰੀਏ, ਸਾਨੂੰ ਅਸੀਂ ਟੱਪਣ ਦਿੱਤਾ ਹੈਗਾ, ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਜਾ ਰਹੇ ਹਾਂ ਵੀ ਸਾਨੂੰ ਜਾਣ ਦਿਓ। ਉਹ ਕਹਿੰਦੇ ਸਾਡੀ ਮਜਬੂਰੀ ਹੈ, ਵੀ ਸਾਡੀ ਵੀ ਮਜਬੂਰੀ ਹੈ, ਅਸੀਂ ਜਿਹੜੇ ਸ਼ੌਂਕ ਨੂੰ ਫਿਰਦੇ ਹਾਂਗੇ ਸੜਕਾਂ 'ਤੇ, ਪਰ ਤਾਂ ਕਰਕੇ ਅਸੀਂ ਨੇ ਨਿਰਣਾ ਲਿਆ ਉੱਥੋਂ ਵੀ ਅਸੀਂ ਪਟਿਆਲਾ ਰੋਡ ਜਾਮ ਕਰਾਂਗੇ ਅਤੇ ਆਪਣੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ। ਡੀ ਐਸ ਪੀ ਸਾਹਿਬ, ਅਸੀਂ ਅਮਨ ਅਮਾਨ ਨਾਲ, ਸਾਡਾ ਹੱਕ ਹੈ, ਡੈਮੋਕਰੈਟਿਕ ਹੱਕ ਹੈ, ਅਸੀਂ ਆਪਦੀ ਆਵਾਜ਼ ਚੱਕ ਸਕਦੇ ਹਾਂ। ਜੋ ਭਾਨੇ ਸਿੱਧੂ ਨਾਲ ਅਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ, ਜੋ ਧੱਕਾ ਕਰ ਰਹੀ ਹੈ, ਉਹਦੇ ਖਿਲਾਫ਼ ਅਸੀਂ ਆਪਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ। ਹਾਂ, ਜੇ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਆਪਦੇ ਹੱਥ ਲੈਂਦੇ ਹੋ, ਤੁਹਾਨੂੰ ਹੱਕ ਆ ਸਾਨੂੰ ਰੋਕਣ ਦਾ, ਸਾਨੂੰ ਡੱਕਣ ਦਾ, ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ। ਸਾਨੂੰ ਬੇਨਤੀ ਹੈ ਜਿਹੜੇ ਉੱਥੇ ਨਾ ਪਹੁੰਚਣ, ਅਦਰਵਾਈਜ਼ ਬਾਕੀ ਪਬਲਿਕ ਜਾ ਰਹੀ ਹੈ ਅਤੇ ਜਾਮ ਜਿਹੜਾ ਖੁਲਾਇਆ ਜਾ ਕੇ ਲੱਗਿਆ, ਉਹ ਵੀ ਕੋਸ਼ਿਸ਼ ਕਰਦੇ ਹਾਂ ਜੀ, ਹਰਖਾਂ ਦੀ ਡਿਊਟੀਆਂ ਕਰੀਏ, ਕਿਉਂਕਿ ਫਿਰ ਉਹ ਕਰਨਾ ਸੀ ਭਗਵੰਤ ਮਾਨ ਦੇ ਘਰ ਦਾ, ਕਰਨ ਨਹੀਂ ਦਿੱਤਾ ਜੀ। ਹਾਂਜੀ, ਅਸੀਂ ਸਰਕਾਰ ਦੇ ਵਿਰੁੱਧ ਉਰੇ ਹੀ ਧਰਨਾ ਲਾ ਦਿੱਤਾ ਜੀ। ਠੀਕ ਹੈ ਜੀ। ਹਾਂਜੀ, ਕੀ ਕਰਨ ਜਾ ਰਹੇ ਸੀ ਤੁਸੀਂ? ਭਾਨੇ ਨੂੰ ਰਿਹਾਈ ਕਰਾਉਣ ਵਾਸਤੇ ਜਾ ਰਹੇ ਸੀ। ਕਿੱਥੇ? ਸੰਗਰੂਰ ਜੀ। ਜਿਹੜਾ ਭਾਨਾ ਸਿੱਧੂ ਹੈ ਬਾਈ, ਉਹਨੂੰ ਗ੍ਰਿਫਤਾਰ ਕਰਕੇ ਉਹਦੇ ਝੂਠੇ ਕੇਸ ਪਾਏ ਗਏ ਨੇ, ਉਹਨੂੰ ਰਿਹਾ ਕਰਨ ਵਾਸਤੇ ਅਸੀਂ ਇੱਥੇ ਸਾਰੇ ਜਿਹੜੇ ਸੰਗਰੂਰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉੱਥੇ ਜਾ ਰਹੀ ਸੀਗੇ, ਰਸਤੇ ਵਿੱਚ ਹੀ ਸਾਨੂੰ ਰੋਕ ਕੇ ਜਿਹੜਾ ਪੁੱਠਾ ਮੋੜ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਵੀ ਰਾਇ ਕੀਤੀ ਵੀ ਜਿਹੜਾ ਇਹ ਪਟਿਆਲਾ ਰੋਡ ਹੈ ਅਸੀਂ ਹੁਣ ਜਾਮ ਕਰਾਂਗੇ, ਸ਼ਾਂਤਮਈ ਢੰਗ ਦੇ ਨਾਲ ਇੱਥੇ ਅਸੀਂ ਸਾਰੇ ਬੈਠੇ ਹਾਂ। ਠੀਕ ਹੈ ਜੀ, ਅਸੀਂ ਟੱਪਗੀ ਦੀ ਨਾਕਾ ਨਾ ਇਹੋ ਜੀ, ਜਿਹੜਾ ਅਸੀਂ ਟੱਪਗੀ ਦੀ ਸਾਨੂੰ ਅੱਗੇ ਪੁਲਿਸ ਨੇ ਰੋਕਿਆ, ਸਾਨੂੰ ਆਖਿਆ ਤੁਸੀਂ ਵਾਪਸ ਰਹੋ, ਅਸੀਂ ਵਾਪਸ ਨਹੀਂ ਗਏ ਹੈਗੇ। ਉਸ ਤੋਂ ਬਾਅਦ ਸਾਨੂੰ ਕਿਹਾ ਵੀ ਤੁਹਾਨੂੂੰ ਗ੍ਰਿਫਤਾਰ ਕਰਨਾ, ਤੁਹਾਡੇ ਪਰਚੇ ਪਾ ਦਾਂਗੇ ਸਾਡੇ ਜੋ, ਅਸੀਂ ਸਾਡੇ ਤਿੰਨ ਚਾਰ ਬੰਦੇ ਸਾਨੂੰ ਗ੍ਰਿਫਤਾਰ ਕਰਕੇ ਵੀ ਸਾਨੂੰ ਲੈ ਕੇ ਸਾਨੂੰ ਗੱਡੀ 'ਚ ਬਿਠਾ ਕੇ ਲੈ ਗਈ ਦੀ ਬੱਸ 'ਚ, ਉਹ ਬਾਈ ਪਿੱਛੋਂ ਆ ਕੇ ਇਹਨਾਂ ਨੇ ਸਾਨੂੰ ਤਾਰੇ ਬਸ 'ਚ ਸਾਨੂੰ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਪ੍ਰਦਰਸ਼ਨ ਕਰੀਏ, ਸਾਨੂੰ ਅਸੀਂ ਟੱਪਣ ਦਿੱਤਾ ਹੈਗਾ, ਅਸੀਂ ਆਪਦੇ ਸ਼ਾਂਤਮਈ ਢੰਗ ਨਾਲ ਜਾ ਰਹੇ ਹਾਂ ਵੀ ਸਾਨੂੰ ਜਾਣ ਦਿਓ। ਉਹ ਕਹਿੰਦੇ ਸਾਡੀ ਮਜਬੂਰੀ ਹੈ, ਵੀ ਸਾਡੀ ਵੀ ਮਜਬੂਰੀ ਹੈ, ਅਸੀਂ ਜਿਹੜੇ ਸ਼ੌਂਕ ਨੂੰ ਫਿਰਦੇ ਹਾਂਗੇ ਸੜਕਾਂ 'ਤੇ, ਪਰ ਤਾਂ ਕਰਕੇ ਅਸੀਂ ਨੇ ਨਿਰਣਾ ਲਿਆ ਉੱਥੋਂ ਵੀ ਅਸੀਂ ਪਟਿਆਲਾ ਰੋਡ ਜਾਮ ਕਰਾਂਗੇ ਅਤੇ ਆਪਣੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ। ਡੀ ਐਸ ਪੀ ਸਾਹਿਬ, ਅਸੀਂ ਅਮਨ ਅਮਾਨ ਨਾਲ, ਸਾਡਾ ਹੱਕ ਹੈ, ਡੈਮੋਕਰੈਟਿਕ ਹੱਕ ਹੈ, ਅਸੀਂ ਆਪਦੀ ਆਵਾਜ਼ ਚੱਕ ਸਕਦੇ ਹਾਂ। ਜੋ ਭਾਨੇ ਸਿੱਧੂ ਨਾਲ ਅਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ, ਜੋ ਧੱਕਾ ਕਰ ਰਹੀ ਹੈ, ਉਹਦੇ ਖਿਲਾਫ਼ ਅਸੀਂ ਆਪਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ। ਹਾਂ, ਜੇ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਆਪਦੇ ਹੱਥ ਲੈਂਦੇ ਹੋ, ਤੁਹਾਨੂੰ ਹੱਕ ਆ ਸਾਨੂੰ ਰੋਕਣ ਦਾ, ਸਾਨੂੰ ਡੱਕਣ ਦਾ, ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ। ਸਾਨੂੰ ਬੇਨਤੀ ਹੈ ਜਿਹੜੇ ਉੱਥੇ ਨਾ ਪਹੁੰਚਣ, ਅਦਰਵਾਈਜ਼ ਬਾਕੀ ਪਬਲਿਕ ਜਾ ਰਹੀ ਹੈ ਅਤੇ ਜਾਮ ਜਿਹੜਾ ਖੁਲਾਇਆ ਜਾ ਕੇ ਲੱਗਿਆ, ਉਹ ਵੀ ਕੋਸ਼ਿਸ਼ ਕਰਦੇ ਹਾਂ ਜੀ, ਹਰ ਥਾਂ ਦੀ ਡਿਊਟੀਆਂ ਕਰੀਏ।